चंडीगढ़ मोर्चे दे किसानां दी मीटिंग खत्म। अज दोपहर 2 बजे चंडीगढ़ चो मोर्चा खत्म करनगे किसान। उग्राहां दा बयान कहा 30 सितंबर तक मिलन वाला खेती नीति दा खरड़ा होवे किसानां अनुसार। जे सरकार ने नहीं दिता खरड़ा तां मुड़ होवेगा प्रदर्शन। ਸ਼ਕਾਲ ਤੱਕ ਸਾਹਿਤਯ ਸਪਸ਼ਟੀਕਰਨ ਦੇਣ ਪਹੁੰਚੇ ਦੋ ਹੋਰ ਸਾਬਕਾ ਅਕਾਲੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸੁੱਚਾ ਸਿੰਘ ਲੰਗਾ ਨੇ ਦਿੱਤਾ ਸਪਸ਼ਟੀਕਰਨ। ਕੱਲ ਵਿਕਰਮ ਮਜੀਠਾ ਹੋਏ ਸੀ ਪੇਸ਼। ਜੰਮੂ ਕਸ਼ਮੀਰ ਚੋਣਾਂ ਦੇ ਲਈ ਭਾਜਪਾ ਜਾਰੀ ਕਰੇਗੀ ਮੈਨੀਫੈਸਟੋ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਰੀ ਕਰਨਗੇ ਚੋਣ ਮਨੋਰਥ ਪੱਤਰ। ਜੰਮੂ ਕਸ਼ਮੀਰ ਦੇ ਵਿੱਚ ਸਿਆਸੀ ਰੈਲੀਆਂ ਵੀ ਕਰਨਗੇ ਗ੍ਰਹਿ ਮੰਤਰੀ। हरियाणा सियासत दे विच विनेश फोगाट ते बजरंग पुनिया दी एंट्री। विनेश फोगाट नूं मिल सकदी है टिकट। दोवें जणे कांग्रेस दे विच हो सकदे ने शामिल। कुछ दिन पहला ही राहुल गांधी ने नाल हुई सी मुलाकात। लॉरेंस इंटरव्यू मामले दे विच हाई कोर्ट दे विच हुई सुनवाई। हाई कोर्ट ने मामले दी 10 अक्टूबर तक जांच होण दे दित्ते हुकम। जेलां दे विच मोबाइल फोन दी वरतों नूं लैके हाई कोर्ट ने जताई चिंता। पंजाब दे मुख सकत्तर दी वीडियो कॉन्फ्रेंस राहीं होए पेश। ਤਰਨਤਾਰਨ ਦੇ ਪਿੰਡ ਸੰਗਤਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਦਿਗਾ ਲੈਂਟਰ। ਕਾਰ ਸੇਵਾ ਦੇ ਦੌਰਾਨ ਹੋਇਆ ਹਾਦਸਾ। ਦਰਜਨ ਤੋਂ ਵੱਧ ਲੋਕ ਹੋਏ ਜ਼ਖਮੀ। ਰਾਹਤ ਕਾਰਜ ਚੱਲ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਇੱਕ ਛੋਟੀ ਜਿਹੀ ਬੱਚੀ ਬਣੀ ਚੈਂਪੀਅਨ। ਅਯੋਧਿਆ ਦੇ ਵਿੱਚ ਜਿੱਤਿਆ ਗੋਲਡ ਮੈਡਲ। ਨੈਸ਼ਨਲ ਆਰਟਸ ਚੈਂਪੀਅਨਸ਼ਿਪ ਦੇ ਵਿੱਚ ਬਣੀ ਚੈਂਪੀਅਨ। 9 ਸਤੰਬਰ ਤੋਂ ਸਿਹਤ ਸੇਵਾਵਾਂ ਠੱਪ ਕਰਨਗੇ ਡਾਕਟਰ। ਪੰਜਾਬ ਦੇ ਸਰਕਾਰੀ ਹਸਪੀਟਲਸ ਦੇ ਵਿੱਚ ਓਪੀਡੀ ਸੇਵਾਵਾਂ ਹੋਣਗੀਆਂ ਪ੍ਰਭਾਵਿਤ। ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਜਾਣਗੇ ਡਾਕਟਰ। ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗਣਾ ਰਣੌਤ ਦਾ ਬਿਆਨ। ਮੇਰੀ ਡਾਇਰੈਕਟ ਕੀਤੀ ਫਿਲਮ ਨੂੰ ਕੀਤਾ ਮੁਲਤਵੀ। ਅਜੇ ਵੀ ਸੈਂਸਰ ਬੋਰਡ ਤੋਂ ਸਰਟੀਫਿਕੇਸ਼ਨ ਦੀ ਉਡੀਕ। ਜਲਦੀ ਹੋਵੇਗਾ ਨਵੀਂ ਡੇਟ ਦਾ ਰਿਲੀਜ਼। ਜਲੰਧਰ ਦੇ ਵਿੱਚ ਆਟੋ ਚਾਲਕ ਦੇ ਨਾਲ ਹੋਈ ਲੁੱਟ ਦੀ ਕੋਸ਼ਿਸ਼। ਵਿਰੋਧ ਕਰਨ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਕੀਤਾ ਗਿਆ ਹਮਲਾ। ਦੇਰ ਰਾਤ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ। ਚੰਡੀਗੜ੍ਹ ਮੋਰਚੇ ਦੇ ਕਿਸਾਨਾਂ ਦੀ ਮੀਟਿੰਗ ਖਤਮ। ਅੱਜ ਦੁਪਹਿਰ 2 ਵਜੇ ਚੰਡੀਗੜ੍ਹ ਚੋਂ ਮੋਰਚਾ ਖਤਮ ਕਰਨਗੇ ਕਿਸਾਨ। ਉਗਰਾਹਾਂ ਦਾ ਬਿਆਨ ਕਿਹਾ 30 ਸਤੰਬਰ ਤੱਕ ਮਿਲਣ ਵਾਲਾ ਖੇਤੀ ਨੀਤੀ ਦਾ ਖਰੜਾ ਹੋਵੇ ਕਿਸਾਨਾਂ ਅਨੁਸਾਰ। ਜੇ ਸਰਕਾਰ ਨੇ ਨਹੀਂ ਦਿੱਤਾ ਖਰੜਾ ਤਾਂ ਮੁੜ ਹੋਵੇਗਾ ਪ੍ਰਦਰਸ਼ਨ। ਸ਼ਕਾਲ ਤੱਕ ਸਾਹਿਤਯ ਸਪਸ਼ਟੀਕਰਨ ਦੇਣ ਪਹੁੰਚੇ ਦੋ ਹੋਰ ਸਾਬਕਾ ਅਕਾਲੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸੁੱਚਾ ਸਿੰਘ ਲੰਗਾ ਨੇ ਦਿੱਤਾ ਸਪਸ਼ਟੀਕਰਨ। ਕੱਲ ਵਿਕਰਮ ਮਜੀਠਾ ਹੋਏ ਸੀ ਪੇਸ਼। ਜੰਮੂ ਕਸ਼ਮੀਰ ਚੋਣਾਂ ਦੇ ਲਈ ਭਾਜਪਾ ਜਾਰੀ ਕਰੇਗੀ ਮੈਨੀਫੈਸਟੋ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਰੀ ਕਰਨਗੇ ਚੋਣ ਮਨੋਰਥ ਪੱਤਰ। ਜੰਮੂ ਕਸ਼ਮੀਰ ਦੇ ਵਿੱਚ ਸਿਆਸੀ ਰੈਲੀਆਂ ਵੀ ਕਰਨਗੇ ਗ੍ਰਹਿ ਮੰਤਰੀ। ਹਰਿਆਣਾ ਸਿਆਸਤ ਦੇ ਵਿੱਚ ਵਿਨੇਸ਼ ਫੋਗਾਟ ਤੇ ਬਜਰੰਗ ਪੁਨੀਆ ਦੀ ਐਂਟਰੀ। ਵਿਨੇਸ਼ ਫੋਗਾਟ ਨੂੰ ਮਿਲ ਸਕਦੀ ਹੈ ਟਿਕਟ। ਦੋਵੇਂ ਜਣੇ ਕਾਂਗਰਸ ਦੇ ਵਿੱਚ ਹੋ ਸਕਦੇ ਨੇ ਸ਼ਾਮਿਲ। ਕੁਝ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਨੇ ਨਾਲ ਹੋਈ ਸੀ ਮੁਲਾਕਾਤ। ਲਾਰੈਂਸ ਇੰਟਰਵਿਊ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ। ਹਾਈ ਕੋਰਟ ਨੇ ਮਾਮਲੇ ਦੀ 10 ਅਕਤੂਬਰ ਤੱਕ ਜਾਂਚ ਹੋਣ ਦੇ ਦਿੱਤੇ ਹੁਕਮ। ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਨੂੰ ਲੈ ਕੇ ਹਾਈ ਕੋਰਟ ਨੇ ਜਤਾਈ ਚਿੰਤਾ। ਪੰਜਾਬ ਦੇ ਮੁੱਖ ਸਕੱਤਰ ਦੀ ਵੀਡੀਓ ਕਾਨਫਰੰਸ ਰਾਹੀਂ ਹੋਏ ਪੇਸ਼। ਤਰਨਤਾਰਨ ਦੇ ਪਿੰਡ ਸੰਗਤਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਦਾ ਦਿਗਾ ਲੈਂਟਰ। ਕਾਰ ਸੇਵਾ ਦੇ ਦੌਰਾਨ ਹੋਇਆ ਹਾਦਸਾ। ਦਰਜਨ ਤੋਂ ਵੱਧ ਲੋਕ ਹੋਏ ਜ਼ਖਮੀ। ਰਾਹਤ ਕਾਰਜ ਚੱਲ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਇੱਕ ਛੋਟੀ ਜਿਹੀ ਬੱਚੀ ਬਣੀ ਚੈਂਪੀਅਨ। ਅਯੋਧਿਆ ਦੇ ਵਿੱਚ ਜਿੱਤਿਆ ਗੋਲਡ ਮੈਡਲ। ਨੈਸ਼ਨਲ ਆਰਟਸ ਚੈਂਪੀਅਨਸ਼ਿਪ ਦੇ ਵਿੱਚ ਬਣੀ ਚੈਂਪੀਅਨ। 9 ਸਤੰਬਰ ਤੋਂ ਸਿਹਤ ਸੇਵਾਵਾਂ ਠੱਪ ਕਰਨਗੇ ਡਾਕਟਰ। ਪੰਜਾਬ ਦੇ ਸਰਕਾਰੀ ਹਸਪੀਟਲਸ ਦੇ ਵਿੱਚ ਓਪੀਡੀ ਸੇਵਾਵਾਂ ਹੋਣਗੀਆਂ ਪ੍ਰਭਾਵਿਤ। ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਜਾਣਗੇ ਡਾਕਟਰ। ਐਮਰਜੈਂਸੀ ਫਿਲਮ ਨੂੰ ਲੈ ਕੇ ਕੰਗਣਾ ਰਣੌਤ ਦਾ ਬਿਆਨ। ਮੇਰੀ ਡਾਇਰੈਕਟ ਕੀਤੀ ਫਿਲਮ ਨੂੰ ਕੀਤਾ ਮੁਲਤਵੀ। ਅਜੇ ਵੀ ਸੈਂਸਰ ਬੋਰਡ ਤੋਂ ਸਰਟੀਫਿਕੇਸ਼ਨ ਦੀ ਉਡੀਕ। ਜਲਦੀ ਹੋਵੇਗਾ ਨਵੀਂ ਡੇਟ ਦਾ ਰਿਲੀਜ਼। ਜਲੰਧਰ ਦੇ ਵਿੱਚ ਆਟੋ ਚਾਲਕ ਦੇ ਨਾਲ ਹੋਈ ਲੁੱਟ ਦੀ ਕੋਸ਼ਿਸ਼। ਵਿਰੋਧ ਕਰਨ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਕੀਤਾ ਗਿਆ ਹਮਲਾ। ਦੇਰ ਰਾਤ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ।